ਪੰਜਾਬ ਦੇ ਬਹੁਤ ਸਾਰੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਡੁੱਬ ਚੁੱਕੇ ਹਨ, ਲੇਕਿਨ ਆਉਣ ਵਾਲਾ ਕੱਲ੍ਹ ਕੁਝ ਵਧੀਆ ਦਿਖਾਈ ਦੇ ਰਿਹਾ ਹੈ। ਇਹ ਜੋ ਛੋਟੇ ਛੋਟੇ ਬੱਚੇ ਦੇਖ ਰਹੇ ਹਾਂ, ਜਿਮਨਾਸਟਿਕ ਅਤੇ ਜੂਡੋ ਕਰਾਟੇ ਦੇ ਪਲੇਅਰ ਹਨ। ਇਹਨਾਂ ਵਿੱਚੋਂ ਬਹੁਤੇ ਬੱਚੇ ਅਨਾਥ ਹਨ ਅਤੇ ਕੁਝ ਵੀ ਬੋਲ ਨਹੀਂ ਸਕਦੇ, ਨਾ ਹੀ ਸੁਣ ਸਕਦੇ ਹਨ। ਇਹ ਬੱਚੇ ਅੰਮ੍ਰਿਤਸਰ ਦੇ ਪਿੰਗਲਵਾੜਾ ਤੋਂ ਹਨ। ਇਹਨਾਂ ਸਾਰੇ ਬੱਚਿਆਂ ਨੇ ਜੂਡੋ ਕਰਾਟੇ ਵਿੱਚ ਮੈਡਲ ਜਿੱਤ ਕੇ ਪੰਜਾਬ ਦਾ ਹੀ ਨਹੀਂ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਇਹਨਾਂ ਬੱਚਿਆਂ ਦੇ ਕੋਚ ਦਾ ਕਹਿਣਾ ਹੈ ਕਿ ਇਹ ਬੱਚੇ ਪੂਰੀ ਮਿਹਨਤ ਅਤੇ ਲਗਨ ਨਾਲ ਖੇਡਾਂ ਦੀ ਟ੍ਰੇਨਿੰਗ ਲੈਂਦੇ ਹਨ। ਸਾਨੂੰ ਇਹਨਾਂ ਬੱਚਿਆਂ 'ਤੇ ਮਾਣ ਹੈ ਜੋ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ। ਕਰਮਜੀਤ ਸਿੰਘ ਹੈ ਜੂਡੋ ਕੋਚ, ਮੈਂ ਸਪੋਰਟਸ ਡਿਪਾਰਟਮੈਂਟ ਜਿਸ ਜੂਡੋ ਕੋਚ ਹਾਂ, ਡਿਸਟ੍ਰਿਕਟ ਕੋਚ। ਅੱਜ ਜਿਹੜੀ ਮੈਡਲ ਜਿੱਤ ਕੇ ਆਏ ਉਹਦੇ ਬਾਰੇ ਦੱਸ ਦਿਓ। ਇਹ ਬੱਚੇ ਕੁਛ ਤਾਂ ਲੜਕੀਆਂ ਸਾਡੀਆਂ ਫਰੀਦਕੋਟ 'ਚ ਵੀ ਫਸਟ ਆਈਆਂ ਸੀ, ਓਵਰਆਲ ਫਸਟ ਸੀਗੀਆਂ, ਜਿਸ 'ਚ ਸਾਡੇ 3 ਗੋਲਡ ਸੀ, 2 ਸਿਲਵਰ ਅਤੇ 2 ਬਰੌਂਜ਼ ਸੀਗੇ। ਅਤੇ ਹੁਣ ਇਹ ਤਾਂ ਪਾਤਲਾ ਵਿਖੇ ਪਟਿਆਲਾ 'ਚ ਹੋਈ ਆ, ਉਹਦੇ ਵਿੱਚ ਵੀ ਸਾਡੀ ਟੀਮ ਓਵਰਆਲ ਸੈਕਿੰਡ ਆਈ ਹੈ, ਜਿਹਦੇ ਵਿੱਚ 2 ਕੁੜੀਆਂ ਜੂਨੀਅਰ ਨੈਸ਼ਨਲ ਵਾਸਤੇ ਸਿਲੈਕਟ ਹੋਈਆਂ ਨੇ। ਇਹਨਾਂ ਕੁੜੀਆਂ ਵਿੱਚੋਂ 2 ਜਿਹੜੀਆਂ ਖੇਲੋ ਇੰਡੀਆ ਖੇਡ ਕੇ ਆਈਆਂ ਨੇ, ਇੱਕ ਕੁੜੀ ਸਿਮਰਨ ਕੌਰ ਹੈ ਜਿਹੜੀ ਸੈਮੀਫਾਈਨਲ ਤੱਕ ਖੇਡੀ, ਉੱਥੇ ਵਧੀਆ ਪਰਫੋਰਮ ਕੀਤਾ ਇਹਨਾਂ ਨੇ। ਅਤੇ ਸਕੂਲ ਨੈਸ਼ਨਲ ਵਿੱਚ ਗੁਜਰਾਤ ਵਿੱਚ ਸਿਮਰਨ ਕੌਰ ਦਾ ਸਿਲਵਰ ਮੈਡਲ ਆਇਆ ਸੀ ਉੱਥੇ। ਅਤੇ ਉਹ ਬੱਚੇ ਵੇਖਿਆ ਕਿ ਜਿਹੜੇ ਬੋਲ ਨਹੀਂ ਸਕਦੇ ਉਹਨਾਂ ਬਾਰੇ ਦੱਸੋ। ਹਾਂਜੀ, ਜੋ ਬੱਚੇ ਮੇਰੇ ਕੋਲ ਡਿਫਰੈਂਟ ਡੰਮ ਹੈ, ਜਿਹੜੇ ਬੋਲ ਤਾਂ ਸੁਣ ਨਹੀਂ ਸਕਦੇ, 3 ਸਾਲ ਤੋਂ ਪ੍ਰੈਕਟਿਸ ਕਰ ਰਹੇ ਆ ਔਰ 3 ਸਾਲ ਤੋਂ ਲਗਾਤਾਰ ਨੈਸ਼ਨਲ 'ਚ ਮੈਡਲ ਲੈ ਰਹੇ ਨੇ, ਉਹਨਾਂ ਵਿੱਚ ਗੁਰਸ਼ਰਨ ਪਾਲ ਆ ਜਿਹੜਾ ਇਸ ਟਾਈਮ ਇੰਡੀਆ 'ਚੋਂ ਬੈਸਟ ਜੂਡੋ ਪਲੇਅਰ ਚੁਣਿਆ ਗਿਆ। ਉਹ ਇਹ ਬੱਚਾ ਆਲਰੇਡੀ ਦਲਜੀਤ ਦੀ ਫਿਲਮ ਜੋ ਪੰਜਾਬ 1984 ਹੈ ਉਹਦੇ ਵਿੱਚ ਕੰਮ ਵੀ ਕਰ ਚੁੱਕਿਆ ਔਰ ਜੂਡੋ ਦਾ ਵੀ ਨੈਸ਼ਨਲ ਪਲੇਅਰ ਹੈ, ਇਸ ਟਾਈਮ ਬੈਸਟ ਜੂਡੋ ਪਲੇਅਰ ਜਿਹੜਾ ਡਿਕਲੇਅਰ ਕੀਤਾ ਇੰਡੀਆ 'ਚ। ਹਾਂਜੀ ਸਰ, ਕੀ ਕਹਿਣਾ ਚਾਹੋਗੇ? ਮੈਂ ਇੰਟਰਨੈਸ਼ਨਲ ਜੂਡੋ ਪਲੇਅਰ ਹਾਂ, ਮੇਰਾ ਨਾਮ ਹਰਜਿੰਦਰ ਸਿੰਘ ਹੈ। ਮੈਂ ਸਾਊਥ ਏਸ਼ੀਅਨ ਫੈਡਰੇਸ਼ਨ ਗੇਮ ਦੇ ਵਿੱਚ ਗੋਲਡ ਮੈਡਲ ਹਾਸਲ ਕੀਤਾ ਔਰ ਮਹਿਕਮਾ ਪੁਲਿਸ ਦੇ ਵਿੱਚ ਭਰਤੀ ਹੋਇਆ। ਅੱਜ ਮੈਂ ਸਰ ਜਿਹੜੀ ਹੈ ਵਿੱਚ ਪੰਜਾਬ ਪੁਲਿਸ ਦੇ ਵਿੱਚ ਸੇਵਾ ਕਰ ਰਿਹਾ। ਨਾਲ ਦੀ ਨਾਲ ਹੀ ਮੇਰਾ ਜਿਹੜਾ ਦਿਲੋਂ ਜਿਹੜਾ ਵਾ ਇਸ ਗੇਮ ਨਾਲ ਪਿਆਰ ਹੈ, ਕਿਉਂਕਿ ਇਸ ਗੇਮ ਨੇ ਮੈਨੂੰ ਨੌਕਰੀ ਦਿੱਤੀ ਹੈ। ਇਸ ਨੌਕਰੀ ਦੇ ਸਦਕਾ ਮੈਂ ਉਹਨਾਂ ਬੱਚਿਆਂ ਨੂੰ ਜਿਹੜੇ ਬੱਚੇ ਮਤਲਬ ਟੂਰਨਾਮੈਂਟ 'ਚ ਖੇਡਣਾ ਚਾਹੁੰਦੇ ਆ, ਉਹਨਾਂ ਦੀ ਹੌਸਲਾ ਅਫਜ਼ਾਈ ਵਾਸਤੇ ਮੈਂ ਹਮੇਸ਼ਾ ਤਤਪਰ ਰਹਿੰਦਾ। ਔਰ ਮੈਂ ਇਸ ਵਾਰੀ ਵੀ ਇਹਨਾਂ ਦੋਨਾਂ ਟੀਮਾਂ ਦੇ ਵਿੱਚ ਕਾਫੀ ਸਪੋਰਟ ਕਰਵਾਇਆ, ਲੋਕਾਂ ਕੋਲ ਹੈਲਪ ਕਰਵਾਈ ਇਹਨਾਂ ਨੂੰ ਅੱਗੇ ਜਾਣ ਵਾਸਤੇ, ਅਤੇ ਔਰ ਮੈਂ ਅੱਗੇ ਵੀ ਕਰਦਾ ਰਹਾਂਗਾ। ਮੈਂ ਆਂਧਰਾ ਪ੍ਰਦੇਸ਼ ਜਲੰਧਰ, ਬਿਹਾਰ, ਗੁਜਰਾਤ ਅਤੇ ਪੁਣੇ ਵਿਖੇ ਖੇਡਣ ਗਈ ਹਾਂ, ਅਤੇ ਮੇਰੇ ਬਹੁਤ ਸਾਰੇ ਮੈਡਲ ਆਏ ਆ, ਅਤੇ ਸਾਡੇ ਸਰ ਵੀ ਸਾਨੂੰ ਬਹੁਤ ਵਧੀਆ ਪ੍ਰੈਕਟਿਸ ਕਰਵਾਉਂਦੇ ਆ, ਅਤੇ ਜਿਹੜੇ ਬੱਚੇ ਬੋਲ ਸੁਣ ਨਹੀਂ ਸਕਦੇ ਉਹਨਾਂ ਨੂੰ ਵੀ ਸਰ ਬਹੁਤ ਵਧੀਆ ਪ੍ਰੈਕਟਿਸ ਕਰਵਾਉਂਦੇ ਆ, ਤਾਂ ਕਿ ਉਹਨਾਂ ਦੇ ਵੀ ਅੱਗੇ ਜਾ ਕੇ ਨੈਸ਼ਨਲ ਅਤੇ ਨੈਸ਼ਨਲ ਵਿੱਚ ਬਹੁਤ ਸਾਰੇ ਮੈਡਲ ਆਉਂਦੇ ਆ। ਓਕੇ, ਗੁੱਡ।